ਸਿੱਖਾਂ ਤੇ ਜਾਣਾ ਗੁਰੂਆਂ ਨੇ ਜਿਨ੍ਹਾਂ ਨੇ ਆਪਣੇ ਵਾਸਤੇ ਬੱਚੇ ਵਾਸਤੇ ਉਹਨਾਂ ਨੇ ਮੱਥਾ ਟੇਕਣਾ ਜ਼ਰੂਰ ਜਾਣਾ ਅੱਜ ਕੱਲ੍ਹ ਕੋਈ ਭਾਈ ਨੂੰ ਭਾਈ ਨਹੀਂ ਪਛਾਣਦਾ ਉਹਨਾਂ ਨੇ ਕੌਮ ਵਾਸਤੇ ਪਿਤਾ ਵਾਰਤਾ ਚਾਰ ਬੱਚੇ ਵਾਰਤੇ ਮਾਤਾ ਗੁਜਰੀ ਨਾ ਜੀ ਕਦੇ ਵੀ ਨਹੀਂ ਪੈਰਾਂ ਦੀ ਧੂੜ ਵੀ ਨਹੀਂ ਪੈਰਾਂ ਦੀ ਧੂੜ ਵੀ ਨਹੀਂ ਪਰ ਇੰਨਾ ਕਿ ਵੀ ਹਾਂ ਜਿਵੇਂ ਆਹ ਨਵੇਂ ਮੁੰਡੇ ਨੇ ਇਹਨਾਂ ਨੂੰ ਘੱਟੋ ਘੱਟ ਤੁਹਾਡੇ ਜਾਣ ਨਾਲ ਯਾਦ ਰਹੂਗਾ ਕਿ ਅਸੀਂ ਕਿੱਥੇ ਗਏ ਸੀ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਨੌਕਰੀਆਂ ਦੇਣੀਆਂ ਸ਼ੁਰੂ ਕਰਤੀ ਹੁਣ ਆਹ ਮੁੰਡਾ ਅਸੀਂ ਇਹਨੂੰ ਪਹਿਲਾਂ ਨਾ ਖੇਡਾਂ ਵੱਲ ਲੈ ਜਾਂਦੇ ਇਹ ਗਰਾਊਂਡ 'ਚ ਭੱਜੂਗਾ ਪਹਿਲਾਂ ਤਾਂ ਨਵੀਂ ਪੀੜ੍ਹੀ ਜਿਹੜੀ ਨਵੀਂ ਲੱਗ ਰਹੀ ਹੈ ਉਹ ਰੋਕੀ ਹੈ ਪਹਿਲਾਂ ਜਿਹੜੇ ਲੱਗ ਗਏ ਫਿਰ ਉਹਨਾਂ ਨੂੰ ਡਾਕਟਰਾਂ ਕੋਲ ਲੈ ਕੇ ਜਾਣਾ ਪਊਗਾ ਨਹੀਂ ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਫਿਰ ਉਹਨਾਂ ਨੂੰ ਨੌਕਰੀ ਦੇਣੀ ਪਊਗੀ ਜੇ ਵਿਹਲੇ ਰਹਿ ਗਏ ਉਹ ਹੈਗਾ ਨਾ ਇਹ ਵਿਹਲਾ ਮਨ ਸਤਾਨੀ ਦਾ ਘਰ ਦੁਬਾਰੇ ਚਲੇ ਜਾਂਗੇ ਅਸੀਂ ਹੁਣ ਪ੍ਰਬੰਧ ਕਰ ਲਿਆ ਡਾਕਟਰਾਂ ਦਾ ਇੱਕ ਮਹੀਨੇ ਦੇ ਵਿੱਚ ਇੱਕ ਲੱਖ ਮੁੰਡੇ ਕੁੜੀਆਂ ਜਿਹੜੇ ਨਸ਼ੇ ਕਰਦੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮੈਂ ਗਲਤ ਪੂਰੀ ਸੰਗਤ ਦਾ ਸ਼ਿਕਾਰ ਹੋ ਗਏ ਕੀ ਕਰੀਏ ਮਾਪਿਆਂ ਦਾ ਨਹੀਂ ਹੱਥ ਰਿਹਾ ਜਾਂ ਕੋਈ ਜਦੋਂ ਆ ਗਏ ਸਾਡੇ ਕੋਲ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ ਨੌਕਰੀ ਦਾ ਪ੍ਰਬੰਧ ਕਰਕੇ ਦੇਖ ਲਵਾਂਗੇ ਠੀਕ ਹੈ ਜਿਹੜਾ ਨੌਕਰੀ ਕਰੂਗਾ ਉਹ ਪੱਕਾ ਉਹਨੂੰ ਵੋਟਾਂ ਮੰਗਦਾ ਹੀ ਨਹੀਂ ਪਰ ਮੈਨੂੰ ਇਹ ਦੇਖ ਲਓ ਐਂ ਮੁੱਖ ਮੰਤਰੀ ਕਦੇ ਖੜੇ ਉਹਨਾਂ ਨੇ ਮੱਥਾ ਟੇਕਣਾ ਜ਼ਰੂਰ ਜਾਣਾ ਅੱਜ ਕੱਲ੍ਹ ਕੋਈ ਭਾਈ ਨੂੰ ਭਾਈ ਨਹੀਂ ਪਛਾਣਦਾ ਫਿਰ ਉਹਨਾਂ ਨੇ ਕੌਮ ਵਾਸਤੇ ਪਿਤਾ ਵਾਰਤਾ ਚਾਰ ਬੱਚੇ ਵਾਰਤੇ ਮਾਤਾ ਗੁਜਰੀ ਨਾ ਜੀ ਕਦੇ ਵੀ ਨਹੀਂ ਪੈਰਾਂ ਦੀ ਧੂੜ ਵੀ ਨਹੀਂ ਪੈਰਾਂ ਦੀ ਧੂੜ ਵੀ ਨਹੀਂ ਪਰ ਇੰਨਾ ਕਿ ਵੀ ਹਾਂ ਜਿਵੇਂ ਆਹ ਨਵੇਂ ਮੁੰਡੇ ਨੇ ਇਹਨਾਂ ਨੂੰ ਘੱਟੋ ਘੱਟ ਤੁਹਾਡੇ ਜਾਣ ਨਾਲ ਯਾਦ ਰਹੂਗਾ ਕਿ ਅਸੀਂ ਕਿੱਥੇ ਗਏ ਸੀ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਨੌਕਰੀਆਂ ਦੇਣੀਆਂ ਸ਼ੁਰੂ ਕਰਤੀ ਹੁਣ ਆਹ ਮੁੰਡਾ ਅਸੀਂ ਇਹਨੂੰ ਪਹਿਲਾਂ ਨਾ ਖੇਡਾਂ ਵੱਲ ਲੈ ਜਾਂਦੇ ਇਹ ਗਰਾਊਂਡ 'ਚ ਭੱਜੂਗਾ ਪਹਿਲਾਂ ਤਾਂ ਨਵੀਂ ਪੀੜ੍ਹੀ ਜਿਹੜੀ ਨਵੀਂ ਲੱਗ ਰਹੀ ਹੈ ਉਹ ਰੋਕੀ ਹੈ ਪਹਿਲਾਂ ਜਿਹੜੇ ਲੱਗ ਗਏ ਫਿਰ ਉਹਨਾਂ ਨੂੰ ਡਾਕਟਰਾਂ ਕੋਲ ਲੈ ਕੇ ਜਾਣਾ ਪਊਗਾ ਨਹੀਂ ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਫਿਰ ਉਹਨਾਂ ਨੂੰ ਨੌਕਰੀ ਦੇਣੀ ਪਊਗੀ ਜੇ ਵਿਹਲੇ ਰਹਿ ਗਏ ਉਹ ਹੈਗਾ ਨਾ ਇਹ ਵਿਹਲਾ ਮਨ ਸਤਾਨੀ ਦਾ ਘਰ ਦੁਬਾਰੇ ਚਲੇ ਜਾਂਗੇ ਅਸੀਂ ਹੁਣ ਪ੍ਰਬੰਧ ਕਰ ਲਿਆ ਡਾਕਟਰਾਂ ਦਾ ਇੱਕ ਮਹੀਨੇ ਦੇ ਵਿੱਚ ਇੱਕ ਲੱਖ ਮੁੰਡੇ ਕੁੜੀਆਂ ਜਿਹੜੇ ਨਸ਼ੇ ਕਰਦੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮੈਂ ਇੱਕ ਗਲਤ ਪੂਰੀ ਸੰਗਤ ਦਾ ਸ਼ਿਕਾਰ ਹੋ ਗਏ ਕੀ ਕਰੀਏ ਮਾਪਿਆਂ ਦਾ ਨਹੀਂ ਹੱਥ ਰਿਹਾ ਜਾਂ ਕੋਈ ਜਦੋਂ ਆ ਗਏ ਸਾਡੇ ਕੋਲ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ ਨੌਕਰੀ ਦਾ ਪ੍ਰਬੰਧ ਕਰਕੇ ਦੇਖ ਲਵਾਂਗੇ ਠੀਕ ਹੈ ਜਿਹੜਾ ਨੌਕਰੀ ਕਰੂਗਾ ਉਹ ਪੱਕਾ ਵੋਟਾਂ ਮੰਗਦਾ ਹੀ ਨਹੀਂ ਪਰ ਮੈਨੂੰ ਇਹ ਦੇਖ ਲਓ ਐਂ ਮੁੱਖ ਮੰਤਰੀ ਕਦੇ ਖੜੇ ਕਰੇ ਬਾਈ ਨੂੰ।